जैतो च केंद्र सरकार वालों पेश किए गए आम बजट दौरान स्वर्णकारा ते सोने की मैन्युफैक्चरिंग ते लगाई गई एक्साइज ड्यूटी ते 2 लाख रुपए के गहने की खरीद ते पैन कार्ड जरूर किए जाण नूं लै के अज जैतो विच चौथे दिन भी स्वर्णकार ते सराफा वालों अपनियां दुकानां बंद करके हड़ताल ते बैठे रहे। स्वर्णकार ते सराफा वालों केंद्र सरकार विरुद्ध जम के नारेबाजी की गई। हड़ताल ते बैठे दुकानदारां दा कहना है कि जे साडियां मंगां ना मन्नियां गईआं तां संघर्ष होर भी तेज किया जाएगा। ਅਤੇ ਜਿਹੜੀ ਸਾਡੀ ਜੈਤੋ ਮੰਡੀ ਦੀ ਸਵਰਨਕਰ ਸੰਗਤ ਅਸੀਂ 3 ਤਰੀਕ ਤੋਂ ਹੜਤਾਲ 'ਤੇ ਬੈਠੇ ਹਾਂ। ਅਸੀਂ ਸੈਂਟਰ ਸਰਕਾਰ ਤੋਂ ਇਹ ਬੇਨਤੀ ਕਰਦੇ ਹਾਂ ਵੀ ਜਿਹੜੇ ਕਾਨੂੰਨ ਸਾਡੇ ਸਵਰਨਕਰ ਭਰਾਵਾਂ 'ਤੇ ਲਾਗੂ ਕੀਤੇ ਗਏ ਹਨ ਇਹ ਵਾਪਸ ਲੈ ਜਾਣ, ਅਤੇ ਨਹੀਂ ਤਾਂ ਇਹ ਸਾਡੀ ਹੜਤਾਲ ਅਣਮਿੱਥੇ ਸਮੇਂ ਲਈ ਜਾ ਸਕਦੀ ਹੈ। ਅਸੀਂ ਅਰੁਣ ਜੇਟਲੀ ਜੀ ਨੂੰ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਕਾਲਾ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲੈ ਕੇ ਸਾਡੇ ਸਵਰਨਕਰ ਭਰਾਵਾਂ ਨੂੰ ਰਾਹਤ ਦਿੱਤੀ ਜਾਵੇ। ਸਵਰਨਕਰ ਸੰਘ ਦੇ ਸਾਰੇ ਮੈਂਬਰ ਸ਼੍ਰੀ ਅਰੁਣ ਜੇਤਲੀ ਜੀ ਅਤੇ ਨਰਿੰਦਰ ਮੋਦੀ ਜੀ ਤੋਂ ਇਹ ਮੰਗ ਕਰਦੇ ਹੈ ਕਿ ਸਾਡੇ ਉੱਪਰ ਜੋ ਕਾਲੇ ਕਾਨੂੰਨ ਲਗਾਏ ਗਏ ਹੈ ਉਹਨਾਂ ਨੂੰ ਵਾਪਸ ਲਿੱਤਾ ਜਾਵੇ, ਅਤੇ ਜੋ ਸੁਨਹਿਰਾਂ ਦਾ ਛੋਟਾ ਰੁਜ਼ਗਾਰ ਹੈ ਇਹਨੂੰ ਬੰਦ ਕਰਨ ਬਾਰੇ ਨਾ ਸੋਚਿਆ ਜਾਵੇ। ਛੋਟੇ ਇਹ ਗਰੀਬ ਪਰਿਵਾਰ ਆਪਦੇ ਟਾਈਮ ਪਾਸ ਕਰਦੇ ਹੈ, ਇਹਨਾਂ ਦੇ ਕਾਲੇ ਕਾਨੂੰਨ ਨਾ ਥੋਪੇ ਜਾਣ, ਇਹ ਕਾਨੂੰਨ ਵਾਪਸ ਲਿੱਤਾ ਜਾਵੇ। ਜੈਤੋ ਤੋਂ ਆਜ਼ਾਦ ਟੀਵੀ ਨਿਊਜ਼ ਲਈ ਵਿਪਿਨ ਗੋਇਲ ਦੀ ਰਿਪੋਰਟ।